बाबा ओ गम सम हो गए मेरी गल दा जवाब दे। ओ पोत केड़ी गल दा तेनू जवाब देवा मैं? की जवाब देवा तेनू मैं? अब्बा मैं तेको आखा ता हिमी भाई मैं शब्बो नाल प्यार करे ना, मैं उंदे नाल शादी करना चाहना, मेरी शादी करवा। लो जफर भाई सुनो एदी भी, जेनू मैं जानदा तक रही ओ वस्ती तो भी बाहर बैठे आ, जिन्हां दा मैनूं बायोडेटा दी नहीं पता उहनां कोल जाके मैं रिश्ता मंगा एदे लई। ओ अब्बा ओ तेको दसा ते हिमी ओ ना उंदा शब्बो ए ते कौम दे घरमाटे ते सारी मेरी गल उंदे नाल थई करिए, उने आके अपने प्यो नु घेना इज्जत नाल मेरे घर च रिश्ता मंगे। ओ मैं उंदा को किवें रिश्ता मंगा? मैं उंनां नु जानदा नहीं, ओ मैनू जानदे नहीं के मैं भी मुंह चक के चला जावां उंनां को रिश्ता मंगा। अपने खानदान च थोड़ियां कुड़ियां ने, जेड़ी कहेंगा मैं तेनू ओ लिया दिंदा। मैं अपने खानदान च बिल्कुल रिश्ता नहीं करेना, मैं करे सा ता शब्बो नाल करे सा। तेरिया दू बेगमा दूए मार के रंडड़ बैठे, मैं तेरी तरह वा रंडड़ वदा रहा वां, तेरा इको एक पोतरा। अगर तू मेरी शब्बो नाल शादी ना करे से ते मैं ट्रक तले सिर दे के मर वे सा, तू मेरी लाश देखना चाहने। इस गल दा मैनू भी एहसास है कि तू मेरा इको एक पुत्र है, तू की चाहना कि मैं तेरी बलि चाड़ देवा? ओ अब्बा ओ इने परेशानी वाली केड़ी गल है, ओ मैं ता उना नु जानना, जिंदगी मैं गुजारनी है सिर्फ तुसा मेना, जिन्होंने दाल थई खड़िए रिश्ता उड़ेड़े सन आप इज्जत नाल घर घेना सु। ना ना मेरा पुत्र, मैं तेरी इस गल दे विच बिल्कुल भी राजी कोई नहीं। ओ चाचा गफर ओ तू ही ना वड्डा बिरा है, तू मेहरबानी कर तू ही कुआग मेरा शबो ना रिश्ता करावे, नहीं तो मैं फौत होवे सा। ਕਰੇਨੇ ਆ ਪੁੱਤ ਜਾਨੀ ਬਿਰਾ, ਬੜਾ ਤੇਰਾ ਇੱਕੋ ਇੱਕ ਪੋਤਰ ਏ ਤੇ ਨਾਲ ਲਗਾ ਜਾ ਤੇ ਜਾ ਕੇ ਰਿਸ਼ਤਾ ਮੰਗ ਲੈ, ਚਲੋ ਬੱਚਾ ਖੁਸ਼ ਹੋ ਜਾ ਸੀ। ਬਾਈ ਜ਼ਫਰ ਇੱਕ ਤੇ ਮੈਨੂੰ ਤੇਰੀ ਸਮਝ ਨਹੀਂ ਆਉਂਦੀ, ਓਏ ਉਹ ਤੇ ਬੱਚਾ ਤੂੰ ਤੇ ਮੈਂ ਸਿਆਣੇ ਆ ਨਾ, ਠੀਕ ਹੈ ਉਹ ਸਾਨੂੰ ਬੂਹੇ ਦੇ ਵਿੱਚੋਂ ਵਾਪਸ ਭੇਜ ਦੇਣ, ਸਾਡੀ ਕੀ ਇੱਜ਼ਤ ਰਹੇਗੀ? ਉਹ ਜਦੋਂ ਮੈਂ ਆਧਾ ਬੈਠਾ ਬਈ ਸਾਰੀ ਗੱਲ ਮੇਰੀ ਥਈ ਖੜੀਏ, ਅਗਰ ਤੁਹਾਡੀ ਬੇਇੱਜ਼ਤੀ ਹੋਵੇ ਮੈਨੂੰ ਜ਼ਿੰਦਾ ਫੂਰ ਦਿਵਾਏ। ਜਾਨੀ ਬਿਰਾ ਆਪਾਂ ਸਾਰੇ ਚੱਲਨੇ, ਅੱਲਾ ਖੈਰ ਕਰੇ ਸੀ, ਨਹੀਂ ਜਵਾਬ ਦਿੰਦੇ ਹੋ। ਭਾਈ ਜ਼ਫਰ ਸਹੀ ਪੁੱਛੇ ਨਾ, ਮੈਂ ਦਿਲੋਂ ਰਾਜ਼ੀ ਨਹੀਂ, ਸਿਰਫ ਤੂੰ ਵੱਡਾ ਭਰਾ ਆ, ਤੂੰ ਕਹਿੰਦਾ ਪਿਆ ਆ ਤੇ ਠੀਕ ਹੈ ਤੂੰ ਰਾਜ਼ੀ ਆ ਤੇ ਮੈਨੂੰ ਕੋਈ ਇਤਰਾਜ਼ ਨਹੀਂ, ਮੈਂ ਵੀ ਰਾਜ਼ੀ ਆ, ਚੱਲ ਭੈਣਾਂ ਭਰਾਵਾਂ ਨੂੰ ਇਕੱਠੇ ਕਰ ਲੈ ਚੱਲਦੇ ਆ। ਓ ਅੱਬਾ ਬੰਦੇ ਇਕੱਠਾ ਦੀ ਜ਼ਰੂਰਤ ਕੋਈ ਨਹੀਂ, ਉਹ ਚਾਰ ਬੰਦੇ ਆਪਾਂ ਹੈ, ਚਾਰ ਬੰਦੇ ਉਹ ਸੁਣਨਾ ਤਰੀਕਾ ਹੈ, ਆਪਾਂ ਗੈਰ ਕੇ ਇੱਜ਼ਤ ਨਾਲ ਘਰ ਗੈਂਦਾ ਸੂ। ਠੀਕ ਹੈ ਮੇਰਾ ਪੁੱਤ, ਮੇਰੀ ਤੂੰ ਨਹੀਂ ਮੰਨੀ ਨਾ, ਚੱਲ ਚੱਲਣਾ ਪੁੱਤ ਤੇਰੇ ਨਾਲ, ਤੇਰੇ ਪਿੱਛੇ ਵੀ ਕਦਮ ਚੱਕ ਲੈਂਦੇ ਆ। ਉੱਠੀ ਉੱਠੀ ਉਹ ਉੱਠੀ ਮੇਰਾ ਸੋਹਣਾ ਚਾਚਾ ਜ਼ਫਰ, ਉੱਠੀ ਚਾਚਾ ਮੰਨੋ, ਉੱਠ ਕੱਪੜੇ ਬਿਲਕੁਲ ਠੀਕ ਹੈ, ਜਲੋ ਜਲੋ। ਹਾਂ ਚਾਚਾ ਖੁਸ਼ੀਆ, ਕਿਵੇਂ ਬੁਲਾਇਆ ਸਾਨੂੰ? ਉਹ ਪੁੱਤਰ ਗੱਲ ਇਹ ਵੇ, ਸ਼ਬੋ ਦੇ ਰਿਸ਼ਤੇ ਵਾਸਤੇ ਕੁਝ ਮਹਿਮਾਨ ਆ ਰਹੇ ਨੇ ਤੇ ਬਸ ਉਸੇ ਸਿਲਸਿਲੇ 'ਚ ਤੁਹਾਨੂੰ ਬੁਲਵਾਇਆ, ਚਲੋ ਤੁਹਾਡੇ ਸਾਹਮਣੇ ਰਿਸ਼ਤਾ ਹੋ ਜਾਏਗਾ। ਚਾਚਾ ਸ਼ਬੋ ਦਾ ਰਿਸ਼ਤਾ ਤਾਂ ਤੁਸੀਂ ਮੇਰੇ ਨਾਲ ਕਰਨਾ ਸੀ, ਅਸੀਂ ਤੇ ਇਸ ਸਿਲਸਿਲੇ 'ਚ ਆਏ ਆ। ਨਹੀਂ ਨਹੀਂ ਪੁੱਤਰ, ਸ਼ਬੋ ਰਿਸ਼ਤਾ ਉਧਰ ਕਰਨਾ ਚਾਹੁੰਦੀ ਏ, ਤੁਸੀਂ ਮੇਰੇ ਰਿਸ਼ਤੇਦਾਰ ਹੋ, ਮਹਿਮਾਨ ਆ ਰਹੇ ਨੇ, ਇਸ ਵਾਸਤੇ ਬੁਲਾਇਆ ਤੁਹਾਨੂੰ। ਚਾਚਾ ਵਾਅਦਾ ਤੂੰ ਸਾਡੇ ਨਾਲ ਕੀਤਾ ਸੀ, ਰਿਸ਼ਤਾ ਤੂੰ ਕਿਧਰੇ ਹੋਰ ਦਿੰਦਾ ਪਿਆ? ਉਹ ਪੁੱਤਰ ਜਦੋਂ ਕੁੜੀ ਰਾਜ਼ੀ ਨਹੀਂ ਤੇ ਕੀ ਫਾਇਦਾ ਇਹਦਾ ਰਿਸ਼ਤਾ ਕਰਨ ਦਾ? ਸ਼ਬੋ ਤੇਰਾ ਇਨਕਾਰ ਏ ਤੇ ਸੁਣ, ਹੁਣ ਰਾਜ਼ੀ ਏ, ਉਹ ਮੇਰੀ ਗੱਲ ਸੁਣੋ, ਉਧਰ ਰਿਸ਼ਤਾ ਸਾਡਾ ਨਾ ਹੋਇਆ, ਤੁਸੀਂ ਤੇ ਮੁੜ ਬੈਠੇ ਹੋ ਨਾ, ਤੁਹਾਡੇ ਵੱਲ ਹੋ ਜਾ ਸੀ। ਠੀਕ ਹੈ ਚਾਚਾ, ਫਿਰ ਅਸੀਂ ਬੈਠੇ ਆ। ਠੀਕ ਹੈ ਪੁੱਤਰ ਠੀਕ ਹੈ, ਤੇ ਉਧਰ ਮੇਰਾ ਰਿਸ਼ਤਾ ਨਾ ਹੋਇਆ ਤੇ ਤੁਸੀਂ ਤੇ ਮੇਰੇ ਬੈਠੇ ਹੋ ਨਾ, ਮੇਰੇ ਰਿਸ਼ਤੇਦਾਰ ਹੋ। ਜੇਦੀ ਪੁੱਤਰ ਉੱਠ, ਦਰਵਾਜ਼ੇ ਤੇ ਇੱਕ ਮਹਿਮਾਨ ਆ ਗਏ ਨੇ। ਅੱਛਾ ਜੀ। ਸ਼ਬੋ ਤੇ ਨੰਬਰਦਾਰ ਇੱਕ ਦੂਸਰੇ ਨੂੰ ਪਸੰਦ ਕਰਦੇ ਨੇ ਤੇ ਮੈਂ ਇਹਨਾਂ ਦਾ ਰਿਸ਼ਤਾ ਮੰਗਣ ਆਇਆ ਤੁਹਾਡੇ ਕੋਲ। ਸ਼ਬੋ ਦਾ ਤੁਸੀਂ ਕਿਹੜੇ ਪਿੰਡ ਦੇ ਹੋ? ਭਾਈ ਜਾਨ ਅਸੀਂ ਚਾਹ ਕਤਾਰ ਵਾਲੇ ਦੇ। ਅੱਛਾ ਅੱਛਾ, ਕਤਾਰ ਵਾਲੇ ਦੇ। ਗੱਲ ਇਹ ਜੀ, ਤੁਹਾਡਾ ਸਾਡਾ ਰਿਸ਼ਤਾ ਨਹੀਂ ਹੋ ਸਕਦਾ। ਕੀ ਇਹਦੀ ਕੀ ਵਜ੍ਹਾ? ਵਜ੍ਹਾ ਇਹ ਜੀ, ਤੁਹਾਡੇ ਰਸਮ ਰਿਵਾਜ ਹੋਰ ਨੇ, ਸਾਡੇ ਰਸਮ ਰਿਵਾਜ ਹੋਰ ਨੇ, ਅਸੀਂ ਤੇ ਇਸੇ ਲਈ ਪਿੰਡ ਤੋਂ ਬੜੀ ਦੂਰ ਬੈਠੇ ਆ। ਕੀ ਤੁਹਾਡੇ ਰਸਮ ਰਿਵਾਜ ਨੇ, ਸਾਨੂੰ ਵੀ ਦੱਸੋ ਕੋਈ। ਗੱਲ ਇਹ ਜੀ, ਤੁਹਾਡੇ ਰਿਵਾਜ ਇਹ ਵੇ ਕਿ ਮੁੰਡਾ ਕੁੱਲਾ ਪਾ ਕੇ ਸਿਹਰਾ ਪਾ ਕੇ ਜਾਂਦਾ ਬਰਾਤ ਲੈ ਕੇ
ਤੇ ਡੋਲੀ ਲੈ ਕੇ ਆ ਜਾਂਦਾ ਹੈ। ਸਾਡੇ ਰਿਵਾਜ ਇਹ ਨੇ, ਕੁੜੀ ਜਾਂਦੀ ਹੈ ਸਿਹਰਾ ਪਾ ਕੇ, ਕੁੱਲਾ ਪਾ ਕੇ, ਬਰਾਤ ਲੈ ਕੇ ਜਾਂਦੀ ਹੈ ਤੇ ਦੂਲਾ ਵਿਆਹ ਕੇ ਘਰ ਲੈ ਆਉਂਦੇ ਨੇ। ਹੈ ਇਹ ਬੜੇ ਅਜੀਬ ਰਸਮਾਂ ਰਿਵਾਜ ਨੇ। ਆ ਕਾਕਾ ਮੇਰੀ ਗੱਲ ਸੁਣਨਾ ਜ਼ਰਾ। तेनूं डोली च पा के लै जाणगे, इह कोई रस्म है? ओ अब्बा, डोली च मैं बवां जां ओ बवे, ओ गल तां हिक्का है। समय तो सही, ओ घर भाई कोठा हिको है, तू रासे जा मैं तो मेरी सवानी रासू, ए डोलिया पा के मेरे को अपने घर घेन वे सन, खर्चा उवे करे सन, खर्चा ही तेरा बच वे सी, तू समझ, परेशान ना हो, चले मैनू इतराज कोई नहीं, तेनू अब्बा क्यों इतराज है? उठी, हाँ कर, और तरीक बनवा। ठीक है पुत, तू अपनी बनाउनी, चल, चल मेरा पुत। हाँ जी, की सोचा फिर? ठीक है जी, तुहाडी शर्त सानू मंजूर है, ते कल फिर असीं बरात लैके आ जाइए। ठीक है, तुसा आ वंजाए, मैं डोलियां च बाल वास्ते तैयार हां। ठीक है जी, फिर तुहाडी साडी कल दी गल पक्की हो गई। ठीक है जी, अल्लाह खैर करे, ठीक है, खैर दा वक्त लैके आवे जी। ठीक है, ठीक 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 है जी, बहुत बहुत मुबारक होवे जी। हाँ जी की? हाँ जी, ओ ते अपनी रस्मों रिवाज दे बंदे ही नहीं आवे, तुसी हां कर दीती है। ओ पुत्र, जिधर कुड़ी आके मैं रिश्ता उधर ही करना है। चाचा, जो अगलिया रस्मा ना मनन ते फेर आपा की करांगे? हां हां, ते फेर की करोगे? ओ जिवें हुण रस्म मान लईए, अगलिया भी मान लेणगे, जे उन्हें ना शर्तां मनियां, तुसी ते बैठे हो ना फिर। चाचा, तू सानूं स्टेप नहीं बनाया है? ओ नहीं पुत्र, तुसी मेरे अपने हो, रिश्तेदार हो। चंगी रिश्तेदारी रखी बैठा है, रिश्ता तू उधर दीती बैठा है। ओ पुत्र, ਉਹ ਤੁਸੀਂ ਬਰਾਤ ਦੇ ਨਾਲ ਜਾਣਾ ਹੈ, ਜਿੱਥੇ ਉਹ ਰਸਮ ਨਾ ਮੰਨਣਗੇ, ਤੁਸੀਂ ਤਾਂ ਬੈਠੇ ਹੋ। ਠੀਕ ਹੈ ਚਾਚਾ ਖੁਸ਼ੀਆ, ਅਸੀਂ ਤੇਰੇ ਨਾਲ ਨਾਲ ਹੀ ਹੈ। ਠੀਕ ਹੈ ਜਨਾਬ, ਕੱਲ੍ਹ ਦੀ ਬਰਾਤ ਦੀ ਤਿਆਰੀ ਕਰੋ। ਉਹ ਜੇਦੀ, ਹਾਂਜੀ, ਤੂੰ ਕੱਲ੍ਹ ਦੇ ਕੁੜੀ ਦੇ ਕੁੱਲੇ ਸਿਹਰੇ ਦਾ ਇੰਤਜ਼ਾਮ ਕਰ, ਕੱਲ੍ਹ ਆਪਾਂ ਬਰਾਤ ਲੈ ਕੇ ਜਾਣੀ ਹੈ। ਠੀਕ ਹੈ ਚਾਚਾ, ਇੰਤਜ਼ਾਮ ਹੋ ਜਾ, ਅਸੀਂ ਕੁੱਲੇ ਦਾ ਵੀ ਸਿਹਰੇ ਦਾ ਵੀ ਸਾਰਾ ਕੁਛ। ਠੀਕ ਹੈ। ਦਿਨ ਦਿਖਾਉਣਾ ਸੀ ਨਾ ਜ਼ਫਰ, ਲੋਕੀ ਆਪਣੇ ਪੁੱਤਰਾਂ ਦੇ ਸਿਹਰੇ ਸਜਾਉਂਦੇ ਆ, ਕੁੱਲੇ ਸਜਾਉਂਦੇ ਆ, ਖੁਸ਼ੀਆਂ ਮਨਾਉਂਦੇ ਆ, ਤੇ ਮੈਂ ਆਪਣੇ ਪੁੱਤ ਦੀ ਆ ਡੋਲੀ ਸਜਾ ਕੇ ਬੈਠਾ ਆ। ਹੁਣ ਤੇ ਰਾਜ਼ੀ ਆ ਨਾ ਤੂੰ? ਰਾਜ਼ੀ ਆ? ਪੁੱਤਰਾਂ ਦੀ ਖੁਸ਼ੀਆਂ ਲਈ ਕਰਨਾ ਹੀ ਪੈਂਦਾ। ਕੀ ਖੁਸ਼ੀ ਬਣਾ ਕੇ ਬੈਠਾ, ਘੱਟਾ ਬਣਾ ਕੇ ਬੈਠਾ? ਆ ਵੇਖ, ਪੁੱਤ ਦੀ ਡੋਲੀ ਸਜਾ ਕੇ ਬਹਿ ਗਿਆ। ਚਲੋ ਪੁੱਤਰ ਤਾਂ ਰਾਜ਼ੀ ਹੋਇਆ। ਆਹੋ ਪੁੱਤਰ ਰਾਜ਼ੀ ਹੋ ਗਿਆ, ਮੈਂ ਤੇ ਪਿੰਡ 'ਚ ਮੂੰਹ ਵਿਖਾਣ ਜੋਗਾ ਨਹੀਂ ਰਿਹਾ ਨਾ। ਅੱਛਾ ਚੁੱਪ ਕਰੋ, ਬਰਾਤ ਆ ਗਈ ਏ। ਆਓ ਜੀ ਬੈਠੋ, ਬਹਿ ਜਾਂਦੇ ਆ। ਮੁੰਡਾ ਕਿੱਥੇ? ਜਾ ਮੁੰਡੇ ਨੂੰ ਲੈ ਕੇ ਆ। ਠੀਕ ਹੈ। ਮੇਰਾ ਬਾਬਰ ਸ਼ੇਰ ਪੁੱਤਰ ਹੈ, ਤੂੰ ਮੇਰੇ ਨਾਲ ਚੰਗੀ ਨਹੀਂ ਕੀਤੀ। ਉਹ ਪੁੱਤਰ ਗੱਲ ਸੁਣ, ਕੋਈ ਰੌਲਾ ਬਣਿਆ, ਤੁਸੀਂ ਤਾਂ ਖਲੋਤੇ ਹੋ ਨਾ। ਮਾਸ਼ਾਲਾ ਮਾਸ਼ਾਲਾ, ਵੇਖ ਵੇਖ ਮੁੰਡਾ ਆ ਗਿਆ ਜੀ, ਆਓ ਬੈਠੋ, ਬਹਿ ਜਾਂਦੇ ਆ। ਸਾਡੇ ਗੁਰਮਾਤੇ ਦੀ ਇੱਕ ਰਸਮ ਹੈ, 4 ਰੁਪਏ ਇੱਥੇ ਰੱਖੋ, ਅਸੀਂ ਰਸਮ ਪੂਰੀ ਕਰਨੀ ਹੈ। ਮੇਰੇ ਵੱਲ ਨਹੀਂ ਕੀ ਵੇਖਣਾ, ਰੱਖ ਮੰਜੀ ਲਿਆ ਕੇ ਇੱਥੇ। ਐ ਜੀ ਤਕੀਆ, ਤਕੀਆ ਚੁੱਕ ਲੋ ਇੱਥੋਂ। ਹਾਂਜੀ ਚਲੋ ਅੱਬਾ ਜੀ। ਹਾਂ ਹਾਂ, ਥੋੜ੍ਹਾ ਪਿੱਛੇ ਹੋ ਜਾ, ਜ਼ਰਾ ਪਿੱਛੇ ਆ ਜਾ, ਪਿੱਛੇ। ਪਰੇਸ਼ਾਨ ਨਾ ਹੋਵੋ, ਇੱਕ ਰਸਮ ਹੈ, ਜਦੋਂ ਵੀ ਘਰਮਾਟਿਆਂ ਦੀ ਬਰਾਤ ਆਉਂਦੀ ਹੈ, ਇਹ ਰਸਮ ਪਿਓ ਤੇ ਪੁੱਤਰ ਨੂੰ ਕਰਨੀ ਪੈਂਦੀ ਹੈ। ਕਿਉਂ ਪੁੱਤਰ? ਹਾਂਜੀ ਅੱਬਾ ਜੀ। ਹਾਂਜੀ ਕੱਲ੍ਹ
ਤਨ ਹੁਣ ਤੂੰ ਕਰ ਚਲੋ ਜਾ ਚਲੋ ਆ ਤੁਸੀਂ ਤਾਂ ਪਰੇਸ਼ਾਨ ਹੋ ਗਏ ਵੇਖ ਕੇ ਇਹ ਘਰਮਾਟਿਆਂ ਦੀ ਰਸਮ ਹੈ ਜੇ ਰਸਮ ਨਾ ਕਰੀਏ ਤੇ ਕੁੜੀ ਦੇ ਸਿਰ ਤੇ ਬਾਹਰ ਆ ਜਾਂਦਾ ਜੋਖਮ ਆ ਜਾਂਦਾ ਹੈ ਹੁਣ ਹੋਰ ਕੋਈ ਰਸਮ ਹੈ ਜਾਂ ਨਿਕਾਹ ਕਰੀਏ ਭਾਈ ਜੀ ਸਾਡੀ ਰਸਮ ਦੇ ਮੁਤਾਬਕ ਰੁਖਸਤੀ ਅੱਜ ਹੋਏਗੀ ਤੇ ਨਿਕਾਹ ਵਲੀਮੇ ਵਾਲੇ ਦਿਨ ਕੱਲ ਹੋਏਗਾ ਠੀਕ ਹੈ ਜੀ ਆਓ ਬੈਠੋ ਸ਼ਬੋ ਉਹ ਬਾਕੀ ਹਰ ਗੱਲ ਮੇਰੇ ਕੋ ਸਮਝਾ ਦਿੱਤੀ ਆ ਵੀ ਇਹ ਰਸਮਾਂ ਮੇਰੇ ਕੋ ਸਮਝਾ ਛੋੜਿਆ ਆਹਿਸਤਾ ਆਹਿਸਤਾ ਸਾਰੀਆਂ ਰਸਮਾਂ ਦੇ ਸਮਝ ਸਾਜ ਸਨ ਜੋ ਹੁਕਮ ਸਰਤਾਜ ਤੁਸੀਂ ਵੀ ਬੈਠੋ ਨਾ ਬੈਠੋ ਬੈਠੋ ਅੱਬਾ ਜੀ ਦੇਰ ਹੋ ਰਹੀ ਹੈ ਰਸਮਾ ਸ਼ੁਰੂ ਕਰੋ ਇੱਧਰ ਆ ਜੀ ਇੱਧਰ ਆ ਜੀ ਇੱਧਰ ਆ ਜੀ ਗਰਮਾਟਾ 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 ਲਓ ਜੀ ਰਸਮ ਹੋ ਗਈ ਤੁਸੀਂ ਇੱਧਰ ਆ ਜਾਓ ਇੱਧਰ ਆ ਜਾਓ ਹੱਸਦੀ ਹੈ ਹੱਸਦੀ ਹੈ ਓਏ ਹੱਸਦੀ ਇਸ ਗੱਲ ਪਈ ਹੈ ਕਿ ਅੱਜ ਤੂੰ ਹੀ ਗਰਮਾਟਾ ਹੋ ਗਈ ਹੈ ਅੱਬਾ ਅੱਜ ਤੂੰ ਅੱਗਾ ਤੂੰ ਹੀ ਗਰਮਾਟਾ ਹੋ ਗਈ ਹੈ ਭਾਈ ਜੀ ਹੁਣ ਡੋਲੀ ਦੇ ਹੋ ਗਰਮਾਟਿਆਂ ਦੀ ਰਸਮ ਦੇ ਮੁਤਾਬਕ ਜ਼ਿਆਦਾ ਦੇਰ ਨਹੀਂ ਕਰੀ ਦੀ ਨਹੀਂ ਭਾਈ ਜਾਨ ਤਿੰਨ ਖਾਣੇ ਬਣਵਾਏ ਰੋਟੀ ਪੱਕੀ ਹੋਈ ਆ ਖਾਣਾ ਖਾ ਕੇ ਜਾਇਓ ਨਾ ਨਾ ਭਾਈ ਜੀ ਗਰਮਾਟਿਆਂ 'ਚ ਇਹ ਰਸਮ ਹੀ ਨਹੀਂ ਅਸੀਂ ਪਾਣੀ ਤੱਕ ਨਹੀਂ ਪੀਂਦੇ ਤੁਸੀਂ ਡੋਲੀ ਦੇ ਹੋ ਬਸ ਵੇਦਾ ਕੀ ਹੈ ਡੋਲੀ ਦੇ ਜਿੱਦੀ ਡੋਲੀ ਤਿਆਰ ਹੈ ਆਓ ਪੁੱਤ ਤੇ ਨਹੀਂ ਰੁਕ ਜਾਓ ਸਾਡੇ ਮੁੰਡੇ ਆਪ ਡੋਲੀ ਚੁੱਕ ਲੈਣਗੇ ਇਹ ਸਾਡੇ ਗਰਮਾਟਿਆਂ ਦੀ ਰਸਮ ਹੈ ਉੱਠੋ ਯਾਰ ਉੱਠੋ ਚਾ ਲਿਓ ਡੋਲੀ ਸਬਰ ਕਰ ਓ ਪੁੱਤਰ ਮੈਂ ਤੈਨੂੰ ਆਪਣੇ ਹੱਥ ਨਾਲ ਟੋਰਾਂਗਾ ਓ ਬਾ ਹੱਥ ਨਾਲ ਤਾਂ ਟੁਰਿਆ ਬੈਠਾ ਓ ਮੁਸ਼ਕਿਲ ਵਿੱਚ ਬੈਠਾ ਔਰ ਬਸ ਕਰ ਇੱਕ ਵਾਰੀ ਮੇਰਾ ਪੁੱਤ ਬਾਹਰ ਆਈ ਮੈਂ ਤੈਨੂੰ ਖੁਦ ਬਿਠਾਉਣਾ ਚਲ ਆ ਜਾ ਮੇਰਾ ਪੁੱਤ ਆ ਜਾ ਤੂੰ ਤਾਂ ਜਲਦੀ ਕਰ ਗਏ ਸੋਟੀ ਫੜਾਏ ਨੂੰ ਪੁੱਤਰ ਸੋਟੀ ਫੜ ਚੌਕੀ ਦੇਰ ਖੜ ਸੋ ਓ ਚਾਚਾ ਓ ਮੈਂ ਤੇਰਾ ਕੁਝ ਨਹੀਂ ਲੱਗਦਾ ਓ ਤੂੰ ਯਾਰ ਹੋ ਗਏ ਨਾ ਹੋ ਗਿਆ ਉਹ ਮੈਂ ਡੋਲੀ ਚੜਿਆ ਮੈਂ ਨਾ ਬਸ ਕਰ ਆਹ
ਲੱਗਦਾ ਬੜਾ ਪਿਆਰ ਹੈ ਉਹਨੂੰ ਪਿਓ ਨਾਲ। ਹਾਂ ਜਿਵੇਂ ਮੈਂ ਤੈਨੂੰ ਪਿਆਰ ਕਰਨਾ। ਉਹ ਆਪਣਾ ਖਿਆਲ ਰੱਖੇ ਤੇ ਰੋਟੀ ਟਾਈਮ ਤੇ ਖਾਵੇ। ਉਹ ਬਹੁਤ ਮੈਨੂੰ ਬੜਾ ਯਾਦ ਆਵੇ। ਅੱਛਾ ਜਾ ਵੀ ਤੁਸੀਂ ਜਾਇਆ ਨੀ ਜਾਂਦਾ। ਨਹੀਂ 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 ਵੇਨਾ ਵੇਨਾ। ਅੱਬਾ ਜੀ ਰਸਮ ਸ਼ੁਰੂ ਕਰੋ। ਲਓ ਜੀ ਪੀੜੀ ਚੁੱਕ ਕੇ ਲਿਆਓ, ਆ ਪੀੜੀ ਚੁੱਕ ਲਿਆਓ। ਉਹ ਹੁਣ ਕੀ ਕਰਵੋ? ਰਸਮ ਸ਼ੁਰੂ ਕਰ ਰਿਹਾ, ਤੁਸੀਂ ਅੱਗੇ ਆ ਜਾਓ। ਪੁੱਤਰ ਤੂੰ ਇੱਧਰ ਆ ਜਾ, ਇੱਧਰ ਆ ਜਾ, ਇੱਧਰ ਆ ਜਾ, ਇੱਥੇ। ਅੱਬਾ ਜੀ ਰਸਮ ਸ਼ੁਰੂ ਕਰੋ। ਠੀਕ ਹੈ ਠੀਕ ਹੈ। ਕਾਂ ਬੋਲੇ ਸਿੜੀ ਤੇ, ਕਾਂ ਬੋਲੇ ਸਿੜੀ ਤੇ, ਕਾਂ ਬੋਲੇ ਸਿੜੀ ਤੇ, ਕਾਂ ਬੋਲੇ ਸਿੜੀ ਤੇ, ਬਾਂਦਰ ਬੈਠਾ ਪੀੜੀ ਤੇ, ਬਾਂਦਰ ਬੈਠਾ ਪੀੜੀ ਤੇ, ਕਾਂ ਬੋਲੇ ਸਿੜੀ ਤੇ, ਕਾਂ ਬੋਲੇ ਸਿੜੀ ਤੇ, ਕਾਂ ਬੋਲੇ ਸਿੜੀ ਤੇ, ਕਾਂ ਬੋਲੇ ਸਿੜੀ ਤੇ, ਬਾਂਦਰ ਬੈਠਾ ਪੀੜੀ ਤੇ, ਜਾਲੀ ਵਾਲਾ ਬੂਆ ਏ, 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 ਬੰਦਾ ਏ ਕੇ ਚੂਆ ਏ, ਬੰਦਾ ਏ ਕੇ ਚੂਆ ਏ, ਜਾਲੀ ਵਾਲਾ ਬੂਆ ਏ, ਬੰਦਾ ਏ ਕੇ ਚੂਆ ਏ, ਬੰਦਾ ਏ ਕੇ ਚੂਆ ਏ। ਆਤਮ ਮੇਰੇ ਖੰਜਰ ਹੋ, ਆਤਮ ਮੇਰੇ ਖੰਜਰ ਹੋ, ਬੰਦੇ ਓ ਕੇ ਖੰਜਰ ਹੋ, ਬੰਦੇ ਓ ਕੇ ਖੰਜਰ ਹੋ। ਕੌਣ ਬੋਲੇ, ਕੌਣ ਬੋਲੇ, ਕੌਣ ਬੋਲੇ? ਤੂੰ ਬੋਲੇ, ਤੂੰ ਬੋਲੇ, ਤੂੰ ਬੋਲੇ, ਓਏ ਤੂੰ ਬੋਲੇ। ਹੁਣ ਕੋਈ ਇਸ ਤਰ੍ਹਾਂ ਦੀ ਬਕਵਾਸ ਨਾ ਕਰੇ, ਅਸੀਂ ਗਰਮਾਤੇ ਆ, ਤੂੰ ਕੰਜਰ ਨਹੀਂ। ਕਾਂ ਬੋਲੇ ਸਿੜੀ ਤੇ, ਕਾਂ ਬੋਲੇ ਸਿੜੀ ਤੇ, ਕਾਂ ਬੋਲੇ ਸਿੜੀ ਤੇ, ਕਾਂ ਬੋਲੇ ਸਿੜੀ ਤੇ, ਬਾਂਦਰ ਬੈਠਾ ਪੀੜੀ ਤੇ, ਬਾਂਦਰ ਬੈਠਾ ਪੀੜੀ ਤੇ, ਚਿੱਟੇ ਹੋ ਜਾਂ ਕਾਲੇ ਹੋ, ਚਿੱਟੇ ਹੋ ਕੇ ਕਾਲੇ ਹੋ, ਸਾਰੇ ਮੇਰੇ ਸਾਲੇ ਹੋ, ਸਾਰੇ ਮੇਰੇ ਸਾਲੇ ਹੋ। ਕੌਣ ਬੋਲੇ, ਕੌਣ ਬੋਲੇ, ਉਹ ਕੌਣ ਬੋਲੇ, ਕੌਣ ਬੋਲੇ? ਮੈਂ ਤਾਂ ਨਹੀਂ ਬੋਲਿਆ। ਤੂੰ ਬੋਲੇ, ਓ ਤੂੰ ਬੋਲੇ। ਨਹੀਂ ਮੈਂ ਨਹੀਂ ਬੋਲਿਆ। ਓ ਤੂੰ ਬੋਲੇ। ਇਹ ਰਸਮ ਖਤਮ ਹੋ ਗਈ, ਹੁਣ ਸ਼ੁਨੂ ਮੁਨੂ ਵਾਲੀ ਰਸਮ ਸ਼ੁਰੂ ਕਰੋ। ਹਾਏ ਇਹ ਸ਼ੁਨੂ ਮੁਨੂ ਵਾਲੀ ਕਿਹੜੀ ਰਸਮ ਹੈ? ਉਹ ਦਾੜੀ ਓਏ, ਉਹ ਨੰਬਰਦਾਰ ਅੱਜ ਤੋਂ ਫੋਤ ਹੋ ਗਏ ਸੇ। ਉੱਠ ਵੀ ਖੜਾ ਹੋ, ਖੋਲਾ, ਉੱਠ 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 ਉੱਠ, ਫੋਦੋ ਇਹਨੂੰ ਫੋਦੋ। ਓਏ ਅੱਬਾ ਤੂੰ ਸੱਚਾ ਹੋ, ਓ ਇਹਨਾਂ ਦੀ ਸ਼ੂਨੂ ਬੂਨੂ। ਲਓ ਜੀ ਗੱਲ ਸੁਣੋ, ਹੁਣ ਇਹ ਰਸਮ ਤਾਂ ਖਤਮ ਹੋ ਗਈ, ਹੁਣ ਰਸਮ ਸ਼ੁਰੂ ਕਰਦੇ ਆ। ਛੱਪੜ ਛੂ, ਛੱਪੜ ਛੂ, ਛੱਪੜ ਛੂ। ਉਹ ਨੰਬਰਦਾਰ ਆ, ਇਹ ਤੂੰ ਬਹੁਤ ਹੋਵੇ ਹੀ ਹੋਵੇ, ਬਾਦ ਦੇ ਬੱਚਿਆਂ ਦੀ ਰਸਮੋਂ ਹੀ ਦੇਖੋ। ਸਾਡੀ ਰਸਮ ਏ, ਉਹ ਮੈਂ ਲਾਲਚ ਕਰੇ ਨਾ ਤੁਹਾਡੀ ਰਸਮਾਂ ਤੇ। ਹੁਣ ਕਾਬੂ ਹੋ ਜਾਓ, ਛੱਪੜ ਛੂ ਰਸਮ ਸ਼ੁਰੂ ਕਰਦੇ ਆ। ਸਾਡੇ ਘਰ ਆਇਆ ਮਹਿਮਾਨ, ਚਲੋ ਨੱਚੋ ਮੇਰੀ ਜਾਂ ਛੱਪੜ ਛੂ। ਓ ਤੇਰੀ ਛੱਪੜ ਛੂ ਤੇ ਲਾਣਾ ਤੇ। ਸਾਡੇ ਘਰ ਆਇਆ ਮਹਿਮਾਨ, ਚਲੋ ਨੱਚੋ ਮੇਰੀ ਜਾਂ ਛੱਪੜ ਛੂ। ਓਏ ਅੱਬਾ ਤੂੰ ਮੈਨੂੰ ਬੜਾ ਯਾਦ ਆਉਂਦਾ ਪੀਏ।
बस हूं आखिरी दफा रह गया। ओ मेरा ही आखिरी सह रह गई है शबो। हाँ की हो रहा है, की वजह है? ओ हेठू निकला भी है। की हो है? ओ जेड़ा नहीं होवड़ा ओ होता पी है। होता की पी है? ओए शबर छू मेरा पेशाब काट छोड़या है, ओ तल्ले देख। है की कीता है? ओ प्यो नू तू उठा दिता, दुआ काम ही थाई होवे सी, बो नाल फोत होवे सो। ओ बस पुत्र आखरी दफा रह गया हुण। ओ तेनू आवे ओ मौत, ओ मेनू वाशरूम तक ते वंजण दे। ओ चाचा इनू वाशरूम जावण दे, ओ पहले ही विचे पेशाब कीती पई है। हां बस थल्ले वेख शबर छू, बस कर जाइए। ओ मर परे थल्ले लए, मैं मुकिया वे ना तेरी शबर छू नी खत्म होंदी, वाशरूम ते वंजण दे। अच्छा ठीक है, ज्यादा देर ना लावी, दो मिनट च वापस आ। अब हुण कितनी देर है? बस दो रस्मां रह गईयां ने, ओ वाशरूम गया हुण आ जांदा। ठीक है, मैं तो रस्मों के पर नींद ही नहीं, ओ काफरों।